आजो चल गए मोहाली मैच देखण। अज थोनू सारा दसना भी किवें दा माहौल हुंदा। मैं तां भरावो गया सी पहली वारी मोहाली दे विच मैच देखण। पंजाब दा ते लखनऊ दा मैच सी ते सुनो मैं दस दिया टिकटां 700 स्टार्ट हो गए 3500 तक होंदियां। नाल मेरे सोनी ते दर्शन भी सी ते अपने कोल 3500 वाली टिकट सी क्योंकि इहदा ना हिसाब किताब अलग आ क्योंकि किहड़े खाने 'च बहिणा उहदी टिकट आपस उस हिसाब ते अलग अलग हुंदी आ। रात दा माहौल सीगा इत्थे मैं कहना भी लाइव मैच देखने का नज़ारा आउंदा ना वह होर किते नहीं। टीवी वाला स्वाद वखरा ते पर इत्थे बह के रौला पाउण दा स्वाद वखरा। ਇਹ ਮੋਹਾਲੀ ਦੇ ਵਿੱਚ ਆ। ਸੁਣੋ ਮੈਂ ਦੱਸ ਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਇਹ ਗਰਾਊਂਡ ਹੈਗਾ ਵਾ ਪੰਜਾਬ ਦਾ ਅਤੇ ਪੰਜਾਬ ਦੇ ਚੋਟੀ ਦੇ ਪਲੇਅਰ ਇੱਥੇ ਪਹੁੰਚੇ ਹੋਏ ਸੀਗੇ। ਸੁਣੋ ਮੈਂ ਦੱਸ ਦਿਆਂ ਸ਼ਿਖਰ ਧਵਨ ਹੋਣੀ ਆਹ ਖੜੇ ਆ ਰਹਿਾਂ ਸਲਾਹਾਂ ਕਰੀ ਜਾਂਦੇ ਆ ਭਾਈ ਕੀ ਗੱਲਬਾਤ ਹੈ ਕੀ ਬਣਨਾ ਕੀ ਜੁੜਨਾ ਸਾਰੇ ਹਿਸਾਬ ਕਿਤਾਬ ਕਰੀ ਜਾਂਦੇ ਆ। ਮਤਲਬ ਜਮਾਂ ਕੋਲੋਂ ਫੀਲ ਵੱਖਰਾ ਅਤੇ ਮੈਂ ਕਹਿੰਦਾ ਵੀ ਧੰ ਸਹੁੰ ਖਾਈ ਜਾਂਦੇ ਵੀ ਹੁਣ ਭਾਈ ਕੀ ਰਣਨੀਤੀ ਬਣਾਉਣੀ ਆ। ਸੁਣੋ ਮੈਂ ਗੱਲ ਦੱਸਦਿਆਂ ਵੀ ਖਿਡਾਰੀ 'ਤੇ ਇੰਨਾ ਦਬਾਅ ਹੁੰਦਾ ਨਾ ਆਸੇ ਪਾਸੇ ਦੇ ਰੌਲੇ ਦਾ ਵੀ ਐਂ ਲੱਗਦਾ ਹੁੰਦਾ ਵੀ ਜੇ ਸਾਰਾ ਪਿੰਡ ਲੱਗ ਜਾਏ ਨਾ ਬੋਲ ਫੜੀ ਨਾ ਜਾਵੇ ਇੰਨਾ ਰੌਲਾ ਪਾਉਂਦੇ ਆ ਅਤੇ ਧਾਨਾ ਖਿਡਾਰੀ ਜਿਹੜੇ ਉੱਥੇ ਕੱਟੀ ਜਾਂਦੇ ਆ ਅਤੇ ਆਹ ਬੈਠੀਆਂ ਜਦੋਂ ਚੌਕਾ ਛਿੱਕਾ ਲੱਗਾ ਤਾਂ ਇਹਨਾਂ ਨੇ ਰੌਲਾ ਪਾਉਣਾ ਸ਼ੋਰ ਸ਼ਰਾਬਾ ਕਰਨਾ। ਚੇਅਰ ਲੀਡਰਸ ਕਹਿੰਦੇ ਆ ਇਹਨਾਂ ਨੂੰ ਭਾਈ ਇਹ ਸਾਰੇ ਥਾਵਾਂ 'ਤੇ ਇਹੀ ਸੇਮ ਹੀ ਹੁੰਦੀਆਂ ਇਹੀ ਮੈਂ ਕਹਿੰਦਾ ਲੈ ਜਾਂਦੇ ਉਹਨਾਂ ਨੂੰ ਅਤੇ ਇੱਦਾਂ ਕਰਕੇ ਰੰਗਾ ਰੰਗ ਪ੍ਰੋਗਰਾਮ ਵੀ ਚੱਲੀ ਜਾਂਦੇ ਸੀ ਜਦੋਂ ਚੌਕਾ ਲੱਗਦਾ ਸੀ ਛੁੱਕਾ ਲੱਗਦਾ ਸੀ ਜਾਂ ਆਊਟ ਹੁੰਦਾ ਸੀ ਤਾਂ ਇਹ ਫਿਰ ਆਪਦੀਆਂ ਕਲਾਵਾਂ ਦਿਖਾਉਂਦੀਆਂ ਸੀ। ਦੂਜੀ ਗੱਲ ਇਹ ਆ ਵੀ ਅਰਸ਼ ਫਿਰਦਾ ਅਤੇ ਅਰਸ਼ ਤੁਹਾਨੂੰ ਪਤਾ ਹੀ ਆ ਘੈਂਟ ਬੰਦਾ ਵਾ ਔਰ ਪੰਜਾਬ ਦੇ ਜ਼ਿਆਦਾਤਰ ਖਿਡਾਰੀ ਇਹਦੇ ਵਿੱਚ ਪੰਜਾਬੀ ਆ। ਸ਼ਿਖਰ ਧਵਨ ਵੀ ਪੰਜਾਬੀ, ਅਰਸ਼ ਵੀ ਪੰਜਾਬੀ ਆ, ਰਾਹੁਲ ਚਾਰ ਤੁਰਿਆ ਜਾਂਦਾ ਅਤੇ ਤੁਸੀਂ ਵੀ ਜੇ ਇਹਦੇ ਮੌਕਾ ਲੱਗੇ ਨਾ ਲਾਜ਼ਮੀ ਦੇਖ ਕੇ ਜਾਇਓ। ਮੈਚ ਕੋਈ ਹਾਰੇ ਜਿੱਤੇ ਇੱਕ ਵੱਖਰੀ ਗੱਲ ਆ, ਆਪਣੀ ਤਾਂ ਭਾਵਨਾ ਖੈਰ ਪੰਜਾਬ ਦੇ ਨਾਲ ਹੀ ਸੀ ਪਰ ਉੱਥੇ ਜਿਹੜਾ ਖੜ੍ਹ ਕੇ ਮੈਚ ਦੇਖਣ ਦਾ ਸਵਾਦ ਆ ਨਾ ਉਹਦਾ ਅੰਤ ਕੋਈ ਨਹੀਂ। ਅਤੇ ਚੀਜ਼ਾਂ ਇੱਥੇ ਸਾਰੀਆਂ ਮਹਿੰਗੀਆਂ ਹੋ ਜਾਂਦੀਆਂ, ਜਿਹੜੀਆਂ 20 ਰੁਪਈਆਂ ਵਾਲਾ ਬੱਤਾ ਆਉਂਦਾ ਵਾ ਉਹ ਮਿਲਦਾ ਇੱਥੇ ਪਰ 100 ਸੂ ਦਾ ਅਤੇ ਸੈਮ ਕਰਨ ਖੜ੍ਹਾ। ਮੈਂ ਕਹਿੰਦਾ ਵੀ ਸਾਰੀ ਪੰਜਾਬ ਦੀ ਟੀਮ ਦਾ ਬੋਝ ਇਸ ਇਕੱਲੇ ਬੰਦੇ 'ਤੇ ਹੀ ਆ, ਇਕੱਲਾ ਹੀ ਬੋਲ ਕਰਾਉਂਦਾ ਵਿਚਾਰਾ, ਇਕੱਲਾ ਹੀ ਛਿੱਕਾ ਮਾਰੇ ਚੌਕਾ ਮਾਰੇ ਇਹਦੇ ਆਸਰੇ ਗੇਮ ਖੜ੍ਹੀ ਆ ਅਤੇ ਅਰਸ਼ ਬੋਲ ਕਰਾ ਰਿਹਾ ਇਸ ਵਕਤ। ਅਤੇ ਤੁਹਾਨੂੰ ਪਤਾ ਵੀ ਇਹ ਬਹੁਤ ਘੈਂਟ ਮੁਕਾਬਲਾ ਹੋਇਆ ਸੀਗਾ ਸ਼ਿਖਰ ਧਵਨ ਆ ਸੈਮ ਕਰਨਾ। ਇੱਕ ਖਾਸ ਗੱਲ ਹੋਰ ਨੋਟ ਕਰ ਲਿਓ, ਕਦੇ ਵੀ ਇੱਥੇ ਨਾ ਬਲੈਕ ਟੀ ਸ਼ਰਟ ਪਾ ਕੇ ਨਾ ਜਾਇਓ, ਉਹਦਾ ਇਤਰਾਜ਼ ਮੰਨਦੇ ਆ ਕਿਉਂਕਿ ਉਹਨੂੰ ਇਹ ਹੁੰਦਾ ਵੀ ਪਤਾ ਨਹੀਂ ਉੱਥੇ ਖੜ੍ਹ ਕੇ ਕਿਹੜਾ ਵਿਰੋਧ ਕਰਨ ਲੱਗ ਜਾਣਾ, ਇਸ ਕਰਕੇ ਉਹ ਕੱਪੜੇ ਨਾ ਪਾ ਕੇ ਜਾਇਓ ਲਿਆ ਚੌਕਾ ਲੱਗ ਗਿਆ। ਬਹੁਤ ਹਾਈ ਸਿਕਿਉਰਿਟੀ ਹੁੰਦੀ ਆ ਇੱਥੇ, ਮਤਲਬ ਕਿ ਕਈ ਲੇਅਰਾਂ ਦੇ ਵਿੱਚ ਚੈਕਿੰਗ ਹੁੰਦੀ ਆ ਫਿਰ ਕਿਤੇ ਜਾ ਕੇ ਅੱਗੇ ਜਾਣ ਦਿੰਦੇ ਆ। ਅਤੇ ਆ ਜਿਹੜੀਆਂ ਟੀ ਸ਼ਰਟਾਂ ਲਾਲ ਰੰਗ ਦੀਆਂ ਅਤੇ ਟੋਪੀਆਂ ਇਹ ਬਾਹਰੋਂ ਹੀ ਮਿਲ ਜਾਂਦੀਆਂ ਵਾ, 100 ਰੁਪਏ ਦੀ ਟੋਪੀ ਦਿੰਦੇ ਆ ਅਤੇ 150 ਦੀ ਕੋਈ ਟੀ ਸ਼ਰਟ ਹੁੰਦੀ ਆ, ਆ ਸਾਰੀਆਂ ਮਿਲ ਜਾਂਦੀਆਂ ਅਤੇ ਇੱਦਾਂ ਕਰਕੇ ਰੌਲਾ ਪਾਈ ਦਾ। ਭਾਈ ਕਈ ਇਹ ਨਾ ਇੱਥੇ ਮੈਂ ਦੇਖਿਆ ਮਾੜੀਆਂ ਆਦਤਾਂ ਵੀ ਲੋਕਾਂ ਨੂੰ, ਖਿਡਾਰੀ ਦਾ ਨਾਂ ਲੈ ਲੈ ਕੇ ਕਈ ਗਾਲਾਂ ਕੱਢਦੇ ਆ, ਇਹ ਨਿਹਾਇਤ ਮਾੜੀ ਗੱਲ ਆ। ਅਤੇ ਫਿਰ ਇਹਨਾਂ ਦੇ ਫਿਰ ਛਿੱਤਰ ਵੀ ਵਰਦਾ ਵਾ ਵਿੱਚ ਪੁਲਿਸ ਵਾਲੇ ਕੀ ਫੜਕੀ ਵੀ ਲਿਜਾਂਦੇ ਆ। ਇੱਕ ਮੈਂ ਹੋਰ ਦੇਖਿਆ, ਆ ਜਿਵੇਂ ਆਹ ਨਾ ਮੈਚ ਦੇ ਉਹ ਮੌਕੇ ਆਪਣਾ ਟਾਈਮ ਹੁੰਦਾ ਸਟ੍ਰੈਟਜਿਕ ਟਾਈਮ ਜਿਹਾ ਹੁੰਦਾ ਜਦੋਂ ਉਦੋਂ ਤੁਰੰਤ ਹੀ ਆ ਗਿਆ ਕਲੀ ਕੁਲੀ ਪਾ ਕੇ ਤਰ ਜਾਂਦੇ ਸੀ ਬੰਦੇ, ਜਿਵੇਂ ਨਹੀਂ ਤਾਂ ਆਪਣੇ ਪਿੰਡਾਂ ਦੇ ਵਿੱਚ ਆਮ ਦਾ ਹੌਕਰ ਹੀ ਦੇਈ ਜਾਂਦੇ ਟਰਾਲੀ 'ਚ ਖੜ੍ਹੇ ਭਾਈ ਟਰਾਲ ਕਲੀ ਵਾਲੇ ਬੰਦੇ ਨੂੰ ਬੇਨਤੀ ਹੈ ਵੀ ਕਲੀ ਪਾ ਕੇ ਜਾਓ ਕਲੀ ਪਾ ਕੇ ਜਾਓ, ਮਤਲਬ ਪੂਰਾ ਜਾਬਤੇ 'ਚ ਕੰਮ ਸੀ, ਸਕਿੰਟਾਂ ਦੇ ਹਿਸਾਬ ਨਾਲ ਹੀ ਕੰਮ ਚੱਲਦਾ। ਅਤੇ ਫਿਰ ਆਪਣੇ ਕੋਲ ਵੀ ਝੰਡਾ ਸੀਗਾ ਨਾਲ ਸੁੰਨੀ ਖੜ੍ਹਾ ਅਤੇ ਰੌਲਾ ਰੌਲਾ ਪਾਉਂਦੇ ਰਹੇ, ਮੈਚ ਦੇਖਦੇ ਰਹੇ, ਨਜ਼ਾਰੇ ਲੈਂਦੇ ਰਹੇ। ਯੁਵਰਾਜ ਸਟੈਂਡ ਵੀ ਹੈਗਾ ਇੱਥੇ ਬਣਿਆ ਹੋਇਆ ਜੋ ਯੁਵਰਾਜ ਦੇ ਨਾਂ ਦੇ ਉੱਤੇ, ਅਤੇ ਆਹ ਹੈਗਾ ਵਾ ਲਿਮਿੰਗਸਟਨ ਜਿਹਾ, ਲਾਈਮ ਲਿਮਿੰਗਸਟਨ ਇਹਦਾ ਨਾਮ ਆ ਮੇਰੇ ਖਿਆਲ 'ਚ। ਅਤੇ ਇਹਦੇ 'ਤੇ ਵੀ ਸਾਰੀਆਂ ਉਮੀਦਾਂ ਹੁੰਦੀਆਂ, ਇਹਨੂੰ ਆਦਤਾਂ ਪੂਰਾ ਗਾਂਹ ਵੱਧ ਕੇ ਛਿੱਕੇ ਛੁੱਕੇ ਮਾਰਨ ਦੀ ਅਤੇ ਵਿਚਾਰਾ ਵਾਈਟ ਬੋਲ 'ਤੇ ਕਈ ਸਟੰਪ ਆਊਟ ਹੋ ਜਾਂਦਾ। ਅਤੇ ਲਖਨਊ ਦੀ 257 ਅਤੇ 5 ਸੀ ਇੱਥੇ ਇਸ ਵਕਤ, ਆ ਰੋਡ ਰੋਲਰ ਜਿਹਾ ਫਿਰੀ ਜਾਂਦੇ ਆ, ਪਿੱਚ 'ਤੇ ਪੂਰਾ ਧਿਆਨ ਰੱਖਦੇ ਕਰਦੇ ਆ। ਅਤੇ ਆ ਫਿਰ ਜਿਹੜਾ ਬੈਸਟ ਬੋਲਰ ਹੁੰਦਾ ਜਾਂ ਕੋਈ ਵਧੀਆ ਪਰਫੋਰਮ ਕੀਤਾ ਹੁੰਦਾ ਉਹਦਾ ਫਿਰ ਇੰਟਰਵਿਊ ਐਂ ਕਰਦੇ ਆ, ਮਗਰ ਦੋ ਬੰਦੇ ਛੱਜਾ ਜਿਹਾ ਫੜ ਕੇ ਬਹਿ ਜਾਂਦੇ ਆ। ਆਹ ਹੈਗਾ ਯੁਵਰਾਜ ਸਿੰਘ ਸਟੈਂਡ, ਇਹ ਬਣਿਆ ਹੋਇਆ ਅਤੇ ਇਹਦੀਆਂ ਜਿਹੜੀਆਂ ਸਟੇਡੀਅਮ ਦੀਆਂ ਲਾਈਟਾਂ ਨਾ ਨੀਵੀਆਂ ਰੱਖੀਆਂ ਗਈਆਂ ਵੀ ਤਾਂ ਕਿ ਕਿਉਂਕਿ ਨਾਲ ਹੀ ਰਿਪੋਰਟ ਕਰਕੇ ਉਹਦਾ ਵੀ ਚੱਕਰ ਬਣਦਾ। ਆਹ ਆ ਗਈ ਵੀ ਪੰਜਾਬ ਵਾਲਿਆਂ ਦੀ ਬੈਟਿੰਗ, ਦੇਖੋ ਕੀ ਬਣਦਾ। ਅਤੇ ਇੱਧਰਲੇ ਇਹ ਕੀ ਆਹ ਇੱਥੋਂ ਇੱਥੇ ਗੱਲਬਾਤ ਆ ਸਾਰੀ, ਆਹ ਕੈਮਰੇ ਜਦੋਂ ਨਿਗਾਹ ਮਾਰਦਾ ਤਾਂ ਸਾਰੇ ਰੌਲਾ ਪਾਉਂਦੇ ਆ, ਇੱਥੋਂ ਝਾਕਦੇ ਵੀ ਸਕਰੀਨ 'ਤੇ ਦੇਖੋ ਸਾਡੇ ਨਾਲ ਦੇਖੋ। ਅਤੇ ਆ ਪ੍ਰਭ ਸਿਮਰਨ ਹੋਣੀ ਆਏ ਹੋਏ ਆ, ਦੇਖੋ ਕੀ ਬਣਦਾ ਕਿਉਂਕਿ ਪਹਿਲਿਆਂ ਮੈਚਾਂ 'ਚ ਥੋੜ੍ਹਾ ਜਿਹਾ ਚੱਲਿਆ ਸੀ, ਉਦੋਂ ਬਾਅਦ 'ਚ ਸਲੋ ਡਾਊਨ ਜਿਹਾ ਹੋ ਗਿਆ ਸੀ। ਅਤੇ ਇੱਦਾਂ ਕਰਕੇ ਜਿਹੜੀ ਸੀ ਦੂਜੀ ਗੱਲ ਦੱਸਦੇ ਹਾਂ ਵੀ ਬੋਲ ਨਾ ਗੋਲੀ ਵਾਂਗੂ ਨਿਕਲਦੀ ਹੈ ਇੱਥੇ, ਪਿੱਚ ਇੰਨੀ ਸਾਫ਼ ਆ ਅਤੇ ਮੈਂ ਕਹਿੰਦਾ ਵੀ ਸਿਰਾ ਹੀ ਆ ਕੰਮ। ਅਤੇ ਇਹ ਮੈਚ ਖੈਰ ਪੰਜਾਬ ਹਾਰ ਗਿਆ ਸੀਗਾ ਪਰ ਜੂੰਝੇ ਬਹੁਤ ਤਕੜੇ ਤਰੀਕੇ ਨਾਲ, ਜਿਤੇਸ਼ ਸ਼ਰਮੇ ਹੋਣੀ ਵਧੀਆ ਪਲੇ ਕੀਤਾ ਉਹਨਾਂ ਨੇ, ਵਧੀਆ ਖੇਡੇ, ਸਕੋਰ ਵੀ ਇਹ ਬਹੁਤ ਹਾਈ ਬਣਿਆ ਸੀਗਾ, ਤਕਰੀਬਨ ਹਾਈ ਸਕੋਰਿੰਗ ਮੈਚ ਸੀ ਇਹ ਉਸ ਵਕਤ। ਤਾਂ ਆਹ ਦੇਖ 257 ਬਣਾਤੇ ਸੀ, ਆਹ ਕੌਣਾ ਕੁਨਾਲ ਪਾਂਡਿਆ, ਇਹ ਹੈਗਾ ਭਰਾ ਉਹਦਾ ਹਾਰਦਿਕ ਪਾਂਡੇ ਦਾ ਭਰਾ, ਇਹਨੇ ਵੀ ਕੈਚ ਕੂਚ ਬਹੁਤ ਕੀਤੇ। ਅਤੇ ਆਹ ਸਟਾਰਟਿੰਗ DRS ਲੈਣ ਦਾ ਆ ਜਾਂਦਾ ਹੁੰਦਾ ਅਤੇ 10 ਵਜੇ ਤੋਂ ਬਾਅਦ ਇੱਥੇ ਗਾਣੇ ਗੁਣੇ ਬੰਦ ਕਰਦੇ ਆ,
नहीं तो फिर सारा दिन इतना सिद्धू मूसेवाला ही चली जाता। जो कोई होर कलाकार के गाने लाते हैं तो लोग कहते नहीं बई सिद्धू मूसेवाला लाओ, तो सिद्धू मूसेवाला ही फिर चलता वा। 10 बजे तो बाद फिर सारे बंद ही कर देंगे। तो मैं इं लगता भी जो मैच देखना क्रिकेट का रात में ही देखा जाए तो ज़्यादा वधिया, क्योंकि दोपहर वेले होया तो ला लो साहब भी तिखड़ दोपहर ज बैठा किवें, कोई मीह आ जाए नेरी आ जाए तो खैर रात में भी दिक्कत आ, घट्टो घट धुप्प की दिक्कत तो नहीं। मेरे ख्याल रात वाला मैच देखने का स्वाद वक्रा, दोपहर वाले तो बंदा उही पिघल जू नाले, जिस हिसाब से कोल्ड ड्रिंक महंगा लाते हैं मैं कहना भी बंदा 1500-2000 का पानी ही पीजू कला इतने, जिस हिसाब से महंगा अंदर माहौल होंदा वा तो बाहरों को बड़ा ले जा नहीं देंगे गए, पानी की निकी घटी बोतल ले जा सकते हैं, तो चैकिंग चुकिंग बहुत ज़्यादा होंगी, तलाशी होंगी, काला कपड़ा नहीं ले जा देंगे भी कितने कोई विरोध ही ना कर दे। दूजी गल दसद कोई बड़ा समान कोई भी बैग नहीं ले जा देंगे, इस करके सिंपली कल जाओ फोन फान ले जा सकते होंगे हो, फोटो फोटो खिंचवा। गौतम गंभीर थोड़ा जहा गंभीर होया बैठा पंजाब के खिडारियों के, जिमें कह दिए भी हरप्रीत बराड़, जितेश शर्मा, ये मैं कहना भी बहुत सरार शिवता हैगी हैगा वा। तो शिखर धवन देवी कहते बांध उत्ते बाबा दीप सिंह की फोटो वाही आ, फिर जो जहाज बना बना सड़ता से ना पर खिच तू फिर पुलिस ए करती है। टाइम हो गया हूँ चले आ शिखर धवन हमने राय देन लै लिया ने कैप्टन कहते किमें खेडना करना सारा मसला चली जाता बैटा जो दो ही टिकिया वा, स्ट्रैटेजिक टाइम हो गया इन्हों का राय मशवरा चल पाया भाई। तो डीजे इन्होंने बंद करता कहते 10 बज गया, 10 तो बाद कहते शहर ने सोना भी आ तो बंद करता, बस कले मूँह नाल ही गाने गा सकते हैं मूँह जबानी। आ गई ये भाई के इन्हों की फील्डिंग बहुत चंगी आ भी आ बंद की, थ्रो भी सीधा ही मार दिया रख के नहीं पासे आसे तीन चार ही बैटा मेरे ने उ भन देनी है मैं तो लगता। लै भी लिविंगस्टन आ गया बंदा अपना लिविंगस्टन, ये नाम नहीं लिखना आता अपन पर बंदा कहते बहुत तगड़ा ये लै ए गलबात सारी जी हूँ हैगी। देश खान ये भी बॉलर कहते चंगा मनिया गया उन्हनाली देखो की करता कि चौके कई ला हटिया बनता अपना सैम करते ना सारी दुनिया का लोड पाया होया, बॉलिंग भी यह करावे बैटिंग भी यह करे कैप्टन भी यह बने भरावो मैं ला लिया हिसाब भी सारी दुनिया का लोड ना भुरा आप जवाक दे पाया होया लै हूँ ये दसो की करे जो मूर लैने कुछ नहीं किया लिया आ खड़ा स्कोर थोड़े सामने इन्ने की बने छोटी छोटी स्क्रीन पर सू दिखी जाते हैं। पहली बॉल ती छक्का लाता सैम करने मैं क्या सी ना भी सारी दुनिया का बोझ एदे ते ही आ पर वाला काम हो गया ओ बणया होया ए अड़ फस हो गई जट्टा वाली हां अड़ फस हो गई कहंदा लै अक नाल पांड्या इनू कुट लो चंगी तरह नहीं रोक ली कोई